ਜਿੱਥੇ ਜਿਨ੍ਹਾਂ ਦੇ ਸਾਹਮਣੇ ਤੁਹਾਨੂੰ ਘਰ ਨਜ਼ਰ ਆ ਰਿਹਾ ਇਹਨਾਂ ਨੂੰ ਅਪੀਲ ਹੈ ਕਿ ਜਲਦੀ ਇਹ ਜਗ੍ਹਾ ਵਕੇਟ ਕਰ ਦੇਣ ਸਾਡੀ ਐਨਡੀਆਰਐਫ ਦੀ ਟੀਮ ਦੀਆਂ ਕਿਸ਼ਤੀਆਂ ਆ ਰਹੀਆਂ ਨੇ ਜਿਵੇਂ ਵੀ ਉਹ ਕਹਿੰਦੇ ਨੇ ਕਿ ਉਹ ਇੱਥੇ ਆ ਜਾਣ ਰਾਤ ਦਾ ਇਹ ਬੰਨ ਨੂੰ ਹੋਲਡ ਕਰ ਰਹੇ ਸੀਗੇ ਪਰ ਇਹ ਫਿਰ ਵੀ ਤੁਸੀਂ ਦੇਖਿਆ ਕਿ ਜਿਹੜੇ ਵਿੱਚ ਰਾਤੀ ਦਰਖਤ ਉੱਤ ਲਗਾਏ ਸੀਗੇ ਪਾਣੀ ਦਾ ਜ਼ੋਰ ਬਹੁਤ ਜ਼ਿਆਦਾ ਹੁੰਦਾ ਤੇ ਅਨਫੋਰਚੁਨੇਟਲੀ ਗਿਵ ਕਿੰਨੀ ਜਗ੍ਹਾ ਦੇ ਉੱਪਰ ਪਾੜ ਪੈ ਗਿਆ ਜੀ ਇਹ ਤੁਹਾਡੇ ਸਾਹਮਣੇ ਹੀ ਹੈ ਜੀ ਅਜੇ ਤਾਂ ਛੋਟਾ ਹੀ ਹੈ ਅਸੀਂ ਇਹਨੂੰ ਹਜੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਪੋਕਲੇਨ ਲੱਗੀ ਹੋਈ ਹੈ ਐਕਸੀਅਨ ਸਾਹਿਬ ਇੱਥੇ ਖੜੇ ਨੇ ਅਸੀਂ ਟਰਾਈ ਕਰ ਰਹੇ ਹਾਂ ਲੱਗਦਾ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨਿਕਲਣਾ ਚਾਹੀਦਾ ਸਮਾਜ ਦੀ ਲਾਪਰਵਾਹ ਕੀਤੀ ਹੈ ਬਿਲਕੁਲ ਜੀ ਬਿਲਕੁਲ ਪਰ ਹਜੇ ਜਿੱਥੇ ਜਾ ਰਿਹਾ ਹੈਗਾ ਇੱਕ ਦੋ ਬੈਕਾ ਹੀ ਨੇ ਪਿੰਡ ਤੋਂ ਹਜੇ ਦੂਰ ਹੈ ਮੋਸਟਰਾ ਵੀ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਦੇਖੋ ਸੰਗਤਾਂ ਦੇ ਨਰਾਤਰ ਲੱਗੀਆਂ ਹੋਈਆਂ ਪਹਿਲਾਂ ਵੀ ਬੰਨ ਟੁੱਟਣ ਲੱਗਾ ਸੀ ਇਹ ਪਹਿਲਾਂ ਪਾਣੀ ਆਇਆ ਵਾ ਉਦੋਂ ਤੇ ਸੰਗਤਾਂ ਨੇ ਬੇਨਤੀ ਕੀਤੀ ਸਾਰੇ ਆਣ ਕੇ ਅਸੀਂ ਰਲ ਮਿਲ ਕੇ ਸੰਗਤਾਂ ਲਾ ਕੇ ਜੀ ਨੇ ਬਾਹਰੋਂ ਆਣ ਕੇ ਸੰਗਤਾਂ ਨੇ ਉਹਨੂੰ ਮਜ਼ਬੂਤ ਕਰ ਲਿਆ ਹੁਣ ਫਿਰ ਇਹਨੂੰ ਕੱਲ੍ਹ ਦੀ ਧਾਹ ਲੱਗੀ ਸੀ ਕੋਸ਼ਿਸ਼ ਸੰਗਤਾਂ ਰਾਤ ਦਿਨ ਬਹੁਤ ਕੀਤੀ ਆ ਬੜੀ ਮਿਹਨਤ ਕੀਤੀ ਬਾਕੀ ਵਾਲਿਆਂ ਨੇ ਬਾਹਰੋਂ ਆਣ ਕੇ ਪਰ ਕੋਈ ਬਸ ਨਹੀਂ ਚੱਲਿਆ ਕੁਦਰਤੀ ਕਰੋਪੀ ਆ ਜੇ ਮੈਂ ਸੰਗਤ ਨੂੰ ਇਹ ਕਹਾਂਗਾ ਜਿਹੜੇ ਘਰ ਗਾੜੀ ਹੈਗੇ ਪਹਿਲਾਂ ਆਪਣਾ ਸਮਾਨ ਜਿਹੜਾ ਜ਼ਰੂਰੀ ਜ਼ਰੂਰੀ ਬਾਹਰ ਲੈ ਕੇ ਬੱਚੇ ਲੈ ਕੇ ਬਾਹਰ ਨਿਕਲੋ ਬਾਕੀ ਗੱਲਾਂ ਸਾਰੀਆਂ ਆਪਾਂ ਦੇਸੀ ਰੇਂਜ ਖਾਲਸਾ ਜਿਹੜੀ ਜੀਸੀਪੀ ਸੀ ਉਹ ਸਰਕਾਰੀ ਜਾਂ ਪ੍ਰਾਈਵੇਟ ਸੀ ਜਿਹੜੀ ਇਥੋਂ ਲੈ ਗਏ ਆ ਜੀ ਪ੍ਰਾਈਵੇਟ ਹੈ ਜੀ ਨਹੀਂ ਸਰਕਾਰੀ 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 ਆ ਪਰ ਲੱਗਦਾ ਕਿ ਡੀਸੀ ਵੀ ਇੱਥੇ ਆ ਕਿ ਜੀਸੀਪੀ ਇੱਥੇ ਚਾਹੀਦੀ ਸੀ ਕਿਉਂਕਿ ਬੰਨ ਨੂੰ ਮਜ਼ਬੂਤ ਕੀਤਾ ਜਾਂਦਾ ਨਹੀਂ ਵਾਜੂ ਮਜ਼ਬੂਤ ਹੋਰ ਲੈ ਨਹੀਂ ਹੋਰ ਗਿਆ ਉਹਦੇ ਵਸੋਂ ਕੰਮ ਬਾਹਰ ਹੋਇਆ ਫਿਰ ਮਸ਼ੀਨ ਪਿਛਾ ਕੀਤੀ ਆ ਜਦੋਂ ਜ਼ਿਆਦਾ ਪਾਣੀ ਦਾ ਜ਼ੋਰ ਪੈ ਗਿਆ ਉਹ ਲੱਗੇ ਆ ਐਵੇਂ ਕਿਸੇ ਨੂੰ ਦੋਸ਼ ਦੇਣ ਵਾਲੀ ਗੱਲ ਨਹੀਂ ਗੀ ਇਸੇ ਮਹਾਂਪੁਰਖਾਂ ਦਾ ਵਜਨ ਵੀ ਉਹਨਾਂ ਨੇ ਆਉਂਦੇ ਵੀ ਚਲੋ ਬਾਬਾ ਜਾਂਦੇ ਵੀ ਬੰਨੀਏ ਬਾਬਾ ਜੀ ਨੇ ਆਪ ਆਣ ਕੇ ਸਹਿਯੋਗ ਦਿੱਤਾ ਪਰ ਪਾਣੀ ਦਾ ਪ੍ਰਭਾਵ ਇੰਨਾ ਵੱਧ ਚੁੱਕਾ ਵਾ ਵੀ ਕਿਸੇ ਦੇ ਵਸ ਦਾ ਰੋਗ ਨਹੀਂ ਰਹਿ ਕਿੰਨੇ ਪਿੰਡ ਹੈ ਜੀ ਖਾਲਸਾ ਜੀ ਉੱਧਰ ਇੱਥੇ ਕੋਈ ਪਿੰਡ ਤੇ ਬਹੁਤ ਪਿੰਡ ਵਾਲੇ ਪਿੰਡ ਦੇ ਪਿੰਡ ਦੇ ਪੰਜੀ ਪਿੰਡ